ਭਿਆਨਕ ਐਕਸੀਡੈਂਟ, ਪਲਟ ਗਈ ਕਾਰ, ਕਾਰ ਸਵਾਰਾਂ ਦੇ ਲੱਗੀਆਂ ਗੰਭੀਰ ਸੱਟਾਂ। ਤਸਵੀਰਾਂ ਰਾਜਪੁਰਾ ਦੇ ਪਿੰਡ ਪਹਿਰ ਨੇੜੇ ਚੰਡੀਗੜ੍ਹ ਜ਼ੀਰਕਪੁਰ ਰੋਡ ਦੀਆਂ ਨੇ, ਜਿੱਥੇ ਤੇਜ਼ ਰਫ਼ਤਾਰ ਕਾਰ ਸੜਕ 'ਤੇ ਪਲਟ ਗਈ। ਸੜਕ ਦਾ ਕੰਮ ਚੱਲ ਰਿਹਾ ਸੀ, ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਇਹ ਕਾਰ ਪੱਥਰਾਂ ਦੇ ਨਾਲ ਜਾ ਟਕਰਾਈ, ਮੌਕੇ 'ਤੇ ਹੀ ਪਲਟ ਗਈ ਔਰ ਕਾਰ ਸਵਾਰਾਂ ਦੇ ਸੱਟਾਂ ਲੱਗੀਆਂ ਨੇ। ਰਾਤ ਨੂੰ ਕੋਈ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਗਏ, ਨਾ ਹੀ ਕੋਈ ਲਾਈਟ ਵਗੈਰਾ ਲਾਈ ਗਈ, ਨਾ ਹੀ ਕੋਈ ਬੈਰੀਕੇਡ ਲਗਾਇਆ ਗਿਆ ਸੀ। ਐਕਸੀਡੈਂਟ ਹੋਣ ਤੋਂ ਬਾਅਦ ਬੈਰੀਕੇਡ ਲਗਾਏ ਗਏ ਅਤੇ ਕੋਈ ਰਿਫਲੈਕਟਰ ਵੀ ਨਹੀਂ ਲਗਾਇਆ ਗਿਆ ਸੀ। ਚੰਡੀਗੜ੍ਹ ਜ਼ੀਰਕਪੁਰ ਰੋਡ 'ਤੇ ਬਹੁਤ ਵੱਡੀ ਟ੍ਰੈਫਿਕ ਚੱਲਦੀ ਹੈ, ਸੜਕ ਦੀ ਮੁਰੰਮਤ ਕਰਨ ਵਾਲਿਆਂ ਦੇ ਹੀ ਅਣਗਹਿਲੀ ਦੇ ਨਾਲ ਇਹ ਹਾਦਸਾ ਹੋਇਆ। JCB ਮਸ਼ੀਨ ਖੜੀਆਂ ਨੇ, ਜਿਨ੍ਹਾਂ ਦੇ ਨਾਲ ਪੱਥਰ ਪੁੱਟੇ ਜਾ ਰਹੇ ਨੇ ਔਰ ਇਹਨਾਂ ਪੱਥਰਾਂ ਦੇ ਵਿੱਚ ਅੜਕ ਕੇ ਇਹ ਕਾਰ ਆ ਜਿਹੜੀ ਪਲਟ ਗਈ। ਇੱਕ ਡਰਾਈਵਰ ਨਾਲ ਉਸਦੇ ਸਵਾਰੀ ਸੀ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਇਸ ਭਿਆਨਕ ਹਾਦਸੇ ਤੋਂ ਬਾਅਦ ਸੜਕ 'ਤੇ ਲੰਮਾ ਜਾਮ ਲੱਗ ਪਿਆ। ਸੋ ਇਹ ਤਸਵੀਰਾਂ ਰਾਜਪੁਰਾ ਦੇ ਪਿੰਡ ਪਹਿਰ ਨੇੜੇ ਚੰਡੀਗੜ੍ਹ ਜ਼ੀਰਕਪੁਰ ਰੋਡ ਦੀਆਂ ਨੇ, ਜਿੱਥੇ ਤੇਜ਼ ਰਫ਼ਤਾਰ ਕਾਰ ਪੱਥਰਾਂ ਦੇ ਵਿੱਚ ਟਕਰਾਉਣ ਤੋਂ ਬਾਅਦ ਸੜਕ 'ਤੇ ਹੀ ਪਲਟ ਗਈ। ਲੁਧਿਆਣੇ ਤੋਂ ਆ ਰਹੇ ਸੀਗੇ ਜੀ, ਜ਼ੀਰਕਪੁਰ ਜਾਣਾ ਸੀ। ਹਾਈਵੇ ਵਾਲਿਆਂ ਦਾ ਕੰਮ ਚੱਲਦਾ ਪਿਆ, ਕੋਈ ਬੈਰੀਕੇਡ ਨਹੀਂ ਲੱਗਿਆ ਹੋਇਆ ਸੀ, ਕੋਈ ਲਾਈਟ ਨਹੀਂ ਲੱਗੀ ਹੋਈ। ਆ ਪੱਥਰ ਦੇਖੋ ਰੋਡ ਦੇ ਉੱਤੇ ਪਏ ਆ, ਇਹਨਾਂ ਦੇ ਉੱਤੇ ਚੜ੍ਹ ਕੇ ਗੱਡੀ ਪਲਟ ਗਈ, ਆ ਦੇਖੋ ਕਿੰਨਾ ਨੁਕਸਾਨ ਆ। ਸਰ ਜੀ, ਅਗਰ ਜੇ ਇਹਨਾਂ ਨੂੰ ਜਿਹੜੇ ਸੜਕ ਬਣਾ ਰਹੇ ਹੈ, ਕੋਈ ਲਾਈਟਾਂ ਵਗੈਰਾ ਕੁਛ ਨਹੀਂ ਲਾਈਆਂ ਇਹਨਾਂ ਨੇ? ਕੁਛ ਵੀ ਨਹੀਂ ਆ, ਦੇਖੋ ਤੁਹਾਡੇ ਸਾਹਮਣੇ ਆ, ਕੁਛ ਵੀ ਆ, ਬੈਰੀਕੇਡ ਵੀ ਹੁਣ ਲਾਇਆ, ਉਦੋਂ ਬਾਅਦ ਐਕਸੀਡੈਂਟ ਤੋਂ ਬਾਅਦ ਜਿਹੜਾ ਰੋਡ ਬੰਦ ਕੀਤਾ। ਰੋਡ ਦਾ ਹਾਲ ਦੇਖ ਲਓ ਤੁਸੀਂ, ਦਿਖਾ ਦਿਓ ਕੈਮਰੇ ਦੇ ਵਿੱਚ ਸਾਰਾ ਕੁਛ ਕੀ ਆ, ਕੀ ਕੰਮ ਚੱਲਦਾ ਪਿਆ, ਇੰਨੇ ਇੰਨੇ ਟੂਲ ਲਗਾਏ ਆ, ਅਤੇ ਆ ਦੇਖੋ ਕਿੱਦਾਂ ਕਿੰਨਾ ਨੁਕਸਾਨ ਹੋ ਗਿਆ। ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਖਤਮ ਹੋ ਗਈ ਗੱਡੀ, ਆ ਦੇਖੋ ਤੁਹਾਡੇ ਮੂਹਰੇ ਹੀ ਆ ਜੀ, ਗੱਡੀ 'ਚ ਹੈਗੀ ਆ ਜੀ, ਮਹਾਰਾਜ ਦੀ ਕਿਰਪਾ। ਚਲੋ, ਜਿਹੜਾ ਹੁਣ ਠੇਕੇਦਾਰ ਇਹ ਕੰਮ ਚਲਾ ਰਿਹਾ ਹੈਗਾ, ਉਹਦੇ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਹੈ? ਨਹੀਂ, ਸਰ 100 ਨੰਬਰ 'ਤੇ ਕਾਲ ਕਰਦੀ ਸੀ, ਮੁਲਾਜ਼ਮ ਆ ਗਏ ਆ ਜੀ, ਉਹਨਾਂ ਨੂੰ ਦਿਖਾ ਦਿਆ ਆਪਣੇ ਬਿਆਨ ਇਹਦੇ ਬਾਰੇ ਜਾਣਕਾਰੀ ਦਿਓ ਸਰ। ਨਹੀਂ ਸਰ, ਰੋਡ ਦਾ ਕੰਮ ਚੱਲ ਰਿਹਾ ਸੀਗਾ ਜੀ, ਇੱਕ ਸਾਈਡ ਰੋਡ ਦਾ ਕੰਮ ਸੀ, ਦੂਜੀ ਸਾਈਡ ਰੋਡ ਚੱਲਦੀ ਸੀਗੀ, ਲਾਇਆ ਸੀ ਵੈਸੇ ਨੇ ਬੈਰੀਕੇਡ ਵਗੈਰਾ, ਗੱਡੀ ਥੋੜ੍ਹੀ ਆ ਰਹੀ ਸੀ, ਗੱਡੀ ਪਤਾ ਨਹੀਂ ਲੱਗਿਆ ਗੱਡੀਆਂ ਨੂੰ, ਕਿਤੇ ਜੱਟ ਲੱਗ ਗਈ ਜਾਂ ਕੀ ਹੋਇਆ ਪਤਾ ਲੱਗਿਆ, ਥੋੜ੍ਹਾ ਜਾਂ ਬਾਰਿਸ਼ ਸੀਗਾ, ਗੱਡੀ ਵਿੱਚ ਵੱਜ ਗਈ, ਗੱਡੀ ਪਲਟ ਗਈ, ਜਾਣੀ ਨੁਕਸਾਨ ਨਹੀਂ ਹੋਇਆ। ਬੰਦੇ ਮੌਕੇ 'ਤੇ ਪਹੁੰਚ ਗਏ, ਹਸਪਤਾਲ ਭੇਜ ਦਿਓ, ਦੋ ਬੰਦੇ ਸੀਗੇ, ਠੀਕ ਹੈ। ਸਰ ਜੀ, 112 ਜਿਹੜੀ ਤੁਹਾਡੀ ਹੈਗੀ ਐਂਬੂਲੈਂਸ, ਕਿੰਨੀ ਕੁ ਦੇਰ ਬਾਅਦ ਪਹੁੰਚ ਗਈਆਂ ਸੀ ਤੁਸੀਂ? ਅਸੀਂ ਪਹੁੰਚ ਗਏ 12 ਮਿੰਟ ਬਾਅਦ। ਸਰ ਜੀ, ਮਹੀਨੇ 'ਚ ਕਿੰਨੇ ਕੁ ਐਕਸੀਡੈਂਟ ਹੋਏ, ਕਿੰਨੀਆਂ ਕੁ ਜਾਨਾਂ ਬਚਾਈਆਂ? ਜਾਨਾਂ ਸਰ ਬੱਚੇ ਤੋਂ ਛਿੜਦੇ, ਇਹ ਰੋਡ ਤਾਂ ਇਹੀ ਹੈ ਜੀ, ਤੋਂ ਟ੍ਰੈਫਿਕ ਉੱਧਰ ਬੰਦ ਹੋਣ ਕਰਕੇ, ਸ਼ਿਮੂ ਕਰਕੇ ਸਾਰੀ ਟ੍ਰੈਫਿਕ ਇੱਧਰ ਆ ਰਹੀ ਹੈ, ਅਤੇ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਇੱਧਰ ਐਕਸੀਡੈਂਟ ਦਿੰਦੇ ਨੇ, ਘੱਟ ਤੋਂ ਘੱਟ ਸਾਡੇ ਤਾਂ 50-60 ਐਕਸੀਡੈਂਟ ਮਹੀਨੇ ਦੇ ਹੈਗੇ ਜੀ, ਘੱਟ ਤੋਂ ਘੱਟ। ਜਿਹੜੇ ਡਰਾਈਵਰ ਹੈਗੇ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ? ਇਹ ਤਾਂ ਇਹ ਕਹਿੰਦੇ, ਦੇਖ ਕੇ ਚਲੋ ਧਿਆਨ ਨਾਲ, ਚਲੋ ਰੋਡ ਦਾ ਕੰਮ ਚੱਲ ਰਿਹਾ ਨਾ, ਤੁਹਾਨੂੰ ਦੇਖ ਕੇ ਚੱਲਣਾ ਚਾਹੀਦਾ ਸੀ, ਰਾਤ ਨੂੰ ਥੋੜ੍ਹੀ ਚੱਲਦੇ, ਕਾਰ ਦੇ ਵਿੱਚ ਕਿੰਨੇ ਬੰਦੇ ਸਵਾਰ ਸੀ? ਦੋ ਬੰਦੇ ਸੀ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ? ਨਹੀਂ, ਜਾਨੀ ਸੁਣਿਆ ਵਿਚਾਰ ਹੈਗਾ ਜੀ, ਸੱਟਾਂ ਲੱਗੀਆਂ ਨੇ ਸਿਰ 'ਤੇ, ਜੇ ਟਾਂਕੇ ਲੱਗੇ ਨੇ ਉਹ ਵਿਚਾਰ ਹੈਗਾ। ਸਰ ਜੀ, ਕਿਹੜੀ ਤੁਹਾਡੀ ਫੋਰਸ ਹੈਗੀ ਹੈ? ਸੜਕ ਸੁਰੱਖਿਆ ਫੋਰਸ ਹੈ ਜੀ। ਕੀ ਨਾਂ ਤੁਹਾਡਾ ਸਰ? ਸਰ, ਇਸ 'ਤੇ ਰਾਜਵਿੰਦਰ ਸਿੰਘ।